ਬਿਸਮਿਲ੍ਲਾ ਰਹਿਮਾਨ ਰਹੀਮ। ਅਸਲਾਮ ਵਾਲੇਕਮ। ਅੱਜ ਅਸੀਂ ਬਣਾਉਣ ਲੱਗੇ ਹਾਂ ਮੈਂਗੋ ਆਈਸਕ੍ਰੀਮ, ਜਿਹੜੀ ਤੁਸੀਂ ਬਾਜ਼ਾਰੋਂ ਲਿਆ ਕੇ ਖਾਂਦੇ ਹੋ ਬਿਲਕੁਲ ਉਹੀ ਮਜ਼ਾ ਆਏਗਾ। ਅਤੇ ਅੰਬ ਦਾ ਸੀਜ਼ਨ ਆ ਅਤੇ ਅੱਜ ਕੱਲ੍ਹ ਅੰਬ ਹੈ ਵੀ ਹੈ ਮਾਸ਼ਾਅੱਲਾ ਸਰਦਾਰ। ਅਤੇ ਫਿਰ ਇਹ ਜਿਹੜਾ ਫਲਾਂ ਦਾ ਸਰਦਾਰ ਜਿਹੜਾ ਉਹਨੂੰ ਅਸੀਂ ਆਈਸਕ੍ਰੀਮ ਬਣਾਵਾਂਗੇ। ਕਰੀਮ ਦਾ ਡੱਬਾ ਵੀ ਇੱਕ ਅਸੀਂ ਲੈ ਲਿਆ, ਤੁਹਾਨੂੰ ਦੱਸਾਂਗੇ ਕਿਸ ਤਰੀਕੇ ਨਾਲ ਬਣਾਉਣੀ ਆ। ਸਭ ਤੋਂ ਪਹਿਲੇ ਅੰਬ ਅਸੀਂ ਲੈ ਲਿਆ, ਅਸੀਂ ਉਹਨੂੰ ਕੱਟ ਲਿਆ, ਵਿੱਚ ਆੜੂ ਵੀ ਅਸੀਂ ਇੱਕ ਛੋਟਾ ਛੋਟਾ ਕੱਟ ਲਿਆ, ਉਹਨੂੰ ਅਸੀਂ ਗ੍ਰੈਂਡਰ 'ਚ ਪਾ ਕੇ ਗ੍ਰੈਂਡ ਕਰ ਲਵਾਂਗੇ। ਦੋ ਚਮਚ ਪਾਵਾਂਗੇ ਇਹਦੇ 'ਚ ਚੀਨੀ ਅਸੀਂ, ਕਿਉਂਕਿ ਅੰਬ ਬਹੁਤ ਮਿੱਠਾ ਹੁੰਦਾ ਅਤੇ ਦੋ ਚਮਚ ਚੀਨੀ ਤਾਂ ਠੀਕ ਹੈ। ਕੋਈ ਇਹਦੇ 'ਚ ਅਸੀਂ ਪਾਣੀ ਨਹੀਂ ਪਾਉਣਾ, ਇਸੇ ਤਰ੍ਹਾਂ ਅਸੀਂ ਗ੍ਰੈਂਡ ਕਰਾਂਗੇ। ਦੋ ਚਮਚ ਚੀਨੀ ਤਾਂ ਪਾ ਕੇ ਅੰਬ ਜਿਹੜਾ ਅਸੀਂ ਗ੍ਰੈਂਡ ਕਰਕੇ ਰੱਖਿਆ ਸੀ, ਕੈਂਡੀ ਬਿਸਕਿਟ ਜਿਹੜੇ ਚੀਨੀ ਵਾਲੇ ਹੁੰਦੇ ਨੇ ਉਹਨਾਂ ਨੂੰ ਅਸੀਂ ਇਸ ਤਰੀਕੇ ਨਾਲ ਸਾਰੇ ਤੋੜ ਲਵਾਂਗੇ। ਕਰੀਮ ਅਸੀਂ ਪਾਵਾਂਗੇ ਇਹਦੇ 'ਚ ਥੋੜ੍ਹੀ ਜਿਹੀ, ਬਾਕੀ ਅਸੀਂ ਸਾਰੀ ਨਹੀਂ ਪਾਵਾਂਗੇ, ਇੰਨੀ ਕੁ ਪਾ ਦੇਵਾਂਗੇ। ਮੈਂਗੋ ਜਿਹੜਾ ਅਸੀਂ ਕੀਤਾ ਸੀ ਗ੍ਰੈਂਡ, ਉਹਦੇ 'ਚ ਪਾ ਤੀ ਕਰੀਮ, ਦੇਖ ਸਕਦੇ ਤੁਸੀਂ ਚੰਗੀ ਤਰ੍ਹਾਂ ਖਿਲਾ ਦਿੱਤਾ। ਅਸੀਂ ਇਹਦੇ 'ਚ ਪਾਵਾਂਗੇ ਬਿਸਕਿਟ, ਥੋੜ੍ਹੇ ਜਿਹੇ ਅਸੀਂ ਅੰਬ, ਅਤੇ ਜਿਹੜਾ ਅਸੀਂ ਕੱਟ ਕੇ ਰੱਖਿਆ ਸੀ ਆੜੂ ਉਹਨੂੰ ਥੋੜ੍ਹਾ ਥੋੜ੍ਹਾ ਇਹਦੇ ਉੱਤੇ ਲਾ ਦੇਵਾਂਗੇ। ਚੰਗੀ ਤਰ੍ਹਾਂ ਬਰਤਨ ਸਾਫ਼ ਕਰਕੇ ਇਹਨੂੰ ਅਸੀਂ ਇਹਦੇ 'ਚ ਪਾ ਦੇਵਾਂਗੇ, ਕਿਉਂਕਿ ਕੋਈ ਵੀ ਚੀਜ਼ ਅਜ਼ਾਇਆ ਨਹੀਂ ਕਰਨੀ ਚਾਹੀਦੀ, ਤੁਸੀਂ ਹੱਥਾਂ ਨਾਲ ਬਿਲਕੁਲ ਸਾਫ਼ ਕਰਕੇ ਪਾ ਸਕਦੇ ਹੋ। ਅਤੇ ਅਸੀਂ ਕੀ ਕਰਾਂਗੇ ਹੁਣ, ਜਿਹੜਾ ਅਸੀਂ ਆੜੂ ਅਤੇ ਅੰਬ ਕੁਛ ਕੱਟ ਕੇ ਰੱਖਿਆ ਸੀ ਥੋੜ੍ਹਾ ਥੋੜ੍ਹਾ ਸਾਰੇ ਦੇ ਉੱਤੇ ਅਸੀਂ ਇਸ ਤਰੀਕੇ ਨਾਲ ਲਾ ਦੇਵਾਂਗੇ। ਬਿਲਕੁਲ ਇਸੇ ਤਰੀਕੇ ਨਾਲ ਅਸੀਂ ਇਹਨੂੰ ਬਣਾ ਲਿਆ, ਇਹਨੂੰ ਅਸੀਂ ਫਰਿੱਜ 'ਚ ਰੱਖ ਦੇਵਾਂਗੇ ਘੰਟਾ ਇੱਕ, ਬਿਲਕੁਲ ਠੰਡੀ ਹੋ ਜਾਏਗੀ ਅਤੇ ਫਿਰ ਮਜ਼ੇ ਮਜ਼ੇ ਨਾਲ ਜਿਹੜਾ ਨਾ ਇਹਨੂੰ ਖਾਵਾਂਗੇ। ਮਾਸ਼ਾਅੱਲਾ ਸਾਡੀ ਫਰਿੱਜ ਵਿੱਚ ਬਿਲਕੁਲ ਆਈਸਕ੍ਰੀਮ ਦੇਖੋ ਜੰਮ ਗਈ ਹੈ, ਅਸੀਂ ਤੁਹਾਨੂੰ ਫੁੱਟ ਕੇ ਦਿਖਾ ਦਿੰਦੇ ਹਾਂ। ਮਾਸ਼ਾਅੱਲਾ ਦੇਖੋ ਕਿੰਨੀ ਖੂਬਸੂਰਤ, ਬਿਲਕੁਲ ਤਿਆਰ ਹੋ ਗਈ ਹੈ, ਮੂੰਹ 'ਚੋਂ ਪਾਣੀ ਆਉਣ ਡਿਆ ਵੇਖ ਕੇ, ਫਟਾਫਟ ਖਾ ਲਏ ਬੰਦਾ। ਤੁਸੀਂ ਵੀ ਛੇਤੀ ਛੇਤੀ ਬਣਾ ਕੇ ਬੱਚਿਆਂ ਨੂੰ ਦਿਓ, ਵੱਡਿਆਂ ਨੂੰ ਦਿਓ, ਬੜੀ ਮਜ਼ੇਦਾਰ ਹੈ, ਖਾ ਕੇ ਚੈੱਕ ਕਰਨਾ, ਬਾਬੇ ਬਾਹਰ ਬੜੀ ਮਜ਼ੇਦਾਰ ਬਣਦੀ ਆ। ਫੋਲੋ ਕਰ ਦੇਣਾ, ਲਾਈਕ ਕਰ ਦੇਣਾ, ਸ਼ੇਅਰ ਕਰ ਦੇਣਾ, ਬੈਲ 'ਤੇ ਹੱਥ ਮਾਰ ਦੇਣਾ। ਫਿਰ ਮਿਲਾਂਗੇ ਅਗਲੀ ਡਿਸ਼ ਨਾਲ, ਆਪਣਾ ਖਿਆਲ ਰੱਖਣਾ ਬਹੁਤ ਸਾਰਾ। ਅਸਲਾਮੁਅਲੈਕਮ।